ਇਹਨੂੰ ਨਾ ਮਰੋੜ ਕੇ ਬੱਤੀ ਬਣਾ ਕੇ ਦੇ ਦਾ, ਇਹਨੂੰ ਨਾ ਮਰੋੜ ਕੇ ਬੱਤੀ ਬਣਾ ਕੇ ਦੇ ਦਾ। ਪੰਜਾਬੀਆਂ ਦੀ ਆਨ ਬਾਨ ਤੇ ਸ਼ਾਨ ਗੁਰਦਾਸ ਮਾਨ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਹੈ। ਪੰਜਾਬੀ ਜ਼ੁਬਾਨ ਦੀ ਸੇਵਾ ਕਰਨ ਵਾਲੇ ਇਹਨਾਂ ਦਿਨਾਂ ਵਿੱਚ ਵਿਵਾਦਾਂ ਵਿੱਚ ਫਸੇ ਹੋਏ ਨੇ। ਕੈਨੇਡਾ ਵਿੱਚ ਜੋ ਸ਼ੋਅ ਹੋਇਆ ਗੁਰਦਾਸ ਮਾਨ ਦਾ ਲਾਈਵ ਸ਼ੋਅ, ਉਹ ਕਾਹਦਾ ਹੋਇਆ? ਬਸ ਪੰਗਾ ਹੀ ਛੇੜ ਲਿਆ। ਗੁਰਦਾਸ ਮਾਨ ਦਾ ਲੋਕਾਂ ਨੇ ਭਰਪੂਰ ਵਿਰੋਧ ਕੀਤਾ ਕਿਉਂਕਿ ਉਹਨਾਂ ਨੇ ਹਿੰਦੀ ਜ਼ੁਬਾਨ ਲਈ ਕੁਛ ਨਾ ਕੁਛ ਕਿਹਾ ਸੀ। ਪੰਜਾਬੀ ਦੀ ਗੱਲ ਕਰੀਏ ਤੇ ਅੱਜ ਜੇ ਗੁਰਦਾਸ ਮਾਨ ਹੈ ਤਾਂ ਸਿਰਫ ਪੰਜਾਬੀ ਕਰਕੇ ਹੈ, ਪੰਜਾਬੀ ਭਾਸ਼ਾ ਕਰਕੇ ਹੈ। ਦੋਸਤੋ, ਬਹੁਤ ਸਾਰੇ ਕਮੈਂਟ ਆਉਂਦੇ ਨੇ। ਕਿਸੇ ਨੇ ਕਿਹਾ ਕਿ ਸਰੀਰ ਝੁਕਾਉਣ ਨਾਲ ਕੁਝ ਨਹੀਂ ਬਣਦਾ ਜਦੋਂ ਤੱਕ ਮਨ ਨਹੀਂ ਝੁਕਦਾ। ਕਮੈਂਟ ਦੇ ਰੂਪ ਵਿੱਚ ਜੋ ਆਏ ਨੇ ਮੈਂ ਉਸ 'ਤੇ ਅੱਜ ਗੱਲ ਕਰਨ ਜਾ ਰਿਹਾ ਕਿ ਗੁਰਦਾਸ ਮਾਨ ਨੇ ਪੰਜਾਬੀਆਂ ਦਾ ਦਿਲ ਤੋੜ ਦਿੱਤਾ। ਕਿ ਗੁਰਦਾਸ ਮਾਨ ਜੋ ਕਦੇ ਸਾਈਕਲ 'ਤੇ ਜਾਇਆ ਕਰਦੇ ਸੀ, ਅੱਜ ਹਵਾਈ ਜਹਾਜ਼ਾਂ ਵਿੱਚ ਘੁੰਮਦੇ ਨੇ, ਤਾਂ ਸਿਰਫ ਪੰਜਾਬੀ ਭਾਸ਼ਾ ਦੀ ਬਦੌਲਤ। ਕਿਉਂਕਿ ਉਹਨਾਂ ਨੇ ਅੱਜ ਤੱਕ ਜਿੰਨੇ ਵੀ ਗੀਤ ਗਾਏ ਨੇ ਪੰਜਾਬੀ ਨੂੰ ਸੰਬੋਧਿਤ ਕੀਤਾ ਹੈ। ਉਹਨਾਂ ਦੇ ਜਿੰਨੇ ਵੀ ਅੱਜ ਤੱਕ ਗੀਤ ਸੁਣਨੇ ਨੂੰ ਮਿਲੇ ਨੇ, ਉਹਨਾਂ ਵਿੱਚ ਪੰਜਾਬੀਅਤ ਦੀ ਗੱਲ ਹੋਈ ਹੈ, ਰੋਟੀ ਦੀ ਗੱਲ ਹੋਈ ਹੈ, ਮਾਮਲਾ ਗੜਬੜ ਦੀ ਗੱਲ ਹੋਈ ਹੈ, ਵਗੈਰਾ ਵਗੈਰਾ। ਲੇਕਿਨ ਅੱਜ ਗੁਰਦਾਸ ਮਾਨ ਆਪੇ 'ਚੋਂ ਬਾਹਰੇ ਨੇ। ਉਹਨਾਂ ਦੀ ਕੈਨੇਡਾ ਵਿੱਚ ਲੱਗੀ ਸਟੇਜ ਪੂਰੀ ਤਰ੍ਹਾਂ ਫਲੋਪ ਰਹੀ ਹੈ ਕਿਉਂਕਿ ਬਾਹਰ ਵਿਰੋਧ ਚੱਲ ਰਿਹਾ ਸੀ, ਔਰ ਉਸੇ ਵਿਰੋਧ ਦੇ ਕਰਕੇ ਹੀ ਗੁਰਦਾਸ ਮਾਨ ਦੀ ਜ਼ਬਾਨ ਦੇ ਵਿੱਚੋਂ ਅਜਿਹੇ ਭੱਦੇ ਸ਼ਬਦ ਨਿਕਲੇ ਨੇ ਜਿਸ ਦੀ ਅੱਜ ਚਾਰੇ ਪਾਸੇ ਥੂ ਥੂ ਹੋ ਰਹੀ ਹੈ। ਗੁਰਦਾਸ ਮਾਨ ਗਿੱਦੜਵਾਹਾ, ਜੋ ਕਿ ਬਿਲਕੁਲ ਮਲੋਟ ਦੇ ਨਾਲ ਹੈ, ਉੱਥੋਂ ਦਾ ਇਹਨਾਂ ਦਾ ਜਨਮ ਹੈ। ਹਮੇਸ਼ਾ ਤਾਂ ਹਮੇਸ਼ਾ ਪੰਜਾਬੀ ਦੀ ਗੱਲ ਕਰਦੇ ਹੈ, ਲੇਕਿਨ ਮਾਨ ਸਾਹਿਬ ਇਹੋ ਜਿਹਾ ਕੀ ਹੋ ਗਿਆ ਕਿ ਤੁਹਾਨੂੰ ਮਤਲਬ ਇਹ ਭੱਦੀ ਭਾਸ਼ਾ ਦਾ ਇਸਤੇਮਾਲ ਕਰਨਾ ਪਿਆ? ਅੱਜ ਜੇ ਤੁਸੀਂ ਹੋ ਤਾਂ ਸਿਰਫ ਪੰਜਾਬੀ ਕਰਕੇ ਹੋ, ਪੰਜਾਬੀਆਂ ਦੀ ਬਦੌਲਤ ਹੋ। ਕਮੈਂਟ ਤਾਂ ਇਹ ਵੀ ਆਉਂਦੇ ਨੇ ਕਿ ਗੁਰਦਾਸ ਮਾਨ ਜਦੋਂ ਦਾ ਇੱਕ ਅਜਿਹੀ ਗੱਦੀ 'ਤੇ ਬੈਠਾ ਹੈ ਜਿਸ ਗੱਦੀ 'ਤੇ ਬਿਲਕੁਲ ਪਵਿੱਤਰ ਪਾਕ ਰੂਹਾਂ ਬੈਠਦੀਆਂ ਨੇ, ਉਸ ਗੱਦੀ ਨੂੰ ਲੈ ਕੇ ਵੀ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਦੇ ਨੇ। ਸੋ ਦੋਸਤੋ, ਗੁਰਦਾਸ ਮਾਨ ਇਹਨਾਂ ਦਿਨਾਂ ਵਿੱਚ ਕਾਫੀ ਮਤਲਬ ਡਿਸਟਰਬ ਹੋਇਆ ਪਿਆ ਹੈ, ਉਸਨੂੰ ਚਾਹੁਣ ਵਾਲੇ ਡਿਸਟਰਬ ਨੇ, ਔਰ ਖਾਸ ਕਰਕੇ ਉਹ ਲੋਕ ਸਾਰੇ ਡਿਸਟਰਬ ਨੇ ਜੋ ਕਦੇ ਗੁਰਦਾਸ ਮਾਨ ਨੂੰ ਖੁਦਾ ਦੇ ਰੂਪ ਵਿੱਚ ਵੇਖਦੇ ਸੀ। ਥੈਂਕ ਯੂ ਵੈਰੀ ਮੱਚ ਭਾਵੇ, ਥੈਂਕ ਯੂ ਵੈਰੀ ਮੱਚ। ਮੈਂ ਤਾਂ ਪਹਿਲਾਂ ਹੀ ਮਰ ਜਾਣਾ ਲਿਖਿਆ, ਤੁਸੀਂ ਅੱਜ ਮੁਰਦਾਬਾਦ ਕਰ ਰਹੇ ਹੋ, ਮੈਂ ਆਪਣੇ ਆਪ ਨੂੰ ਕਦੋਂ ਦਾ ਮੁਰਦਾਬਾਦ ਕਿਹਾ। ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ। ਪਤਾ ਲੱਗਿਆ ਅਸਲੀ ਪੰਜਾਬੀ ਕੌਣ ਹੈ ਬਾਬਾ ਜੀ, ਪਤਾ ਲੱਗ ਗਿਆ। ਛੜਿਓ ਅਮਲੀਓ ਆਸ਼ਕੋ ਗੱਲ ਸੁਣ ਲਓ, ਰੰਗ ਚਿਹਰੇ ਦਾ ਫਿੱਕਾ ਨਹੀਂ ਪੈਣ ਦੇਣਾ, ਡੰਡ ਬੈਠ ਕੇ ਮਾਰ ਕੇ ਫਿੱਟ ਰਹਿਣਾ, ਮਾੜੇ ਬੰਦੇ ਨੂੰ ਕੋਲ ਨਹੀਂ ਬਹਿਣ ਦੇਣਾ। ਅਸਲੀ ਗੱਲ ਹੈ ਅਸਲ ਪੰਜਾਬੀਆਂ ਦੀ, ਪੰਗਾ ਲਿਆ ਨਾ ਕਿਸੇ ਨੂੰ ਲੈਣ ਦੇਣਾ। ਅਸਲੀ ਗੱਲ ਹੈ ਅਸਲ ਪੰਜਾਬੀਆਂ ਦੀ, ਪੰਗਾ ਲਿਆ ਨਾ ਕਿਸੇ ਨੂੰ ਲੈਣ ਦੇਣਾ। ਪਹਿਲਾਂ ਦੇਸ਼ ਵਿੱਚ ਚਿੱਟਾ ਨਹੀਂ ਰਹਿਣ ਦੇਣਾ, ਹੁਣ ਦਾੜੀ ਵਿੱਚ ਚਿੱਟਾ ਨਹੀਂ ਰਹਿਣ ਦੇਣਾ। ਇਹਨੂੰ ਨਾ ਮਰੋੜ ਕੇ ਬੱਤੀ ਬਣਾ ਕੇ ਲੈ ਲੈ,
ਤੇਰੇ ਇਸ਼ਕ ਦਾ ਕਿਹੜਾ ਕੰਮ ਹੁੰਦਾ ਸੋਹਣੇ